ਤੋਂ ਜੁਗ ਜੁਗ ਏਕੋ ਸਦਾ।
जो सबसे सदा तो एको जी, सदा तो एको जी। गुरु वाहे गुरु। हर पेखन को सिमरत मना, आस प्यासी चितवो दिन रहनी। कोई संत मिलावे नेरा, मैं चारे पालियां, मैं चारे कुंडा पालियां, खुद जे वडना साया, खुद जे वडना साया, खुद जे वडना साया, खुद जे वडना साया। मैं चारे कुंडा पालियां, मैं चारे कुंडा पालियां, खुद जे वडना साया, खुद जे वडना साया। मैं
ਮਾਰਗ ਸੰਤ ਹੋ ਕਿਉਂ ਪ੍ਰਭੁ ਮਿਲਾਇਆ ਮੈਂ ਚਾਰੇ ਕੁੰਡਾ ਪਾਲੀਆਂ ਮੈਂ ਚਾਰੇ ਕੁੰਡਾ ਪਾਲੀਆਂ ਤੁਝੇ ਵਡਨਾ ਸਾਈਆਂ ਪਾਲੀਆਂ ਤੁਝੇ ਵਡਨਾ ਸਾਈਆ
जे वडना साईया ਕਾਲ ਅਕਾਲ
काल करेंगे जी। उपमा श्री नाथ की गाय है, उपमा जी उपमा श्री नाथ की गाय है, ते अकाल अकाल अकाल
ਰੱਜ ਕੇ ਜਗਾਰਕ ਜਾਵੇ, ਨਿਆਣ ਹੋ ਜਾਵੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਨਾਗ ਨਿਵਾਸਾਂ ਦੇ
ਆਪਣਾ
पछाण हमरी गणत न गणिया काई अपना बिरद पछाण पछाण हमरी गणत न गणिया काई अपना बिरद पछाण अपने दास की आप पैज राखी अपने दास की आप पैज राखी कुर्बान नानक साध कुर्बान हमरी गणत न गणिया काई अपना बिरद पछाण हमरी गणत न गणिया काई अपना बिरद पछाण अपना बिरद पछाण अपना बिरद पछाण पछाण विसरना ही दाता विसरना ही दातार विसरना ही दातार विसरना ही दाता अपना नाम अपना नाम देखो अपना नाम देखो विसरनाई दाता विसरनाई दाता अपना नाम देखो अपना नाम देखो अपना नाम देखो अपना नाम देखो वाहे गुरु
ਵਾਹਿਗੁਰੂ 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 ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਸਾਡੇ ਸ਼ਿਸ਼ ਸਾਡੇ ਛੋਟੇ ਵੀਰ ਜਿਨ੍ਹਾਂ ਨੇ ਬੜੇ ਪ੍ਰੇਮ ਸਹਿਤ ਗੁਰਦੁਆਰਾ ਨਾਨਕਸਰ ਸਾਹਿਬ ਬੈਠ ਕੇ ਗੁਰਬਾਣੀ ਦੀ ਸੰਥਾ ਬੜੇ ਪਿਆਰ ਸਹਿਤ ਲਈ ਵਿਦੇਸ਼ਾਂ ਵਿੱਚ ਵੀ ਗੁਰੂ ਦੀ ਬਾਣੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਕੇ ਆਏ ਨੇ। ਅੱਜ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਮਿਹਨਤ ਹੈ ਨਾ ਉਹ ਬੋਲਦੀ ਹੈ, ਮਿਹਨਤ ਦੱਸਣੀ ਨਹੀਂ ਪੈਂਦੀ, ਮਿਹਨਤ ਜਿਹੜੀ ਕੀਤੀ ਹੁੰਦੀ ਹੈ ਉਹ ਮੂੰਹ ਤੋਂ ਬੋਲਦੀ ਹੈ। ਗੁਰੂ ਬਖਸ਼ਿਸ਼ ਕਰਦੇ ਨੇ ਤੇ ਆਪਾਂ ਨੇ ਪਾਵਨ ਬਚਨ ਪੜੇ ਨੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਕੋ। ਸਾਡੇ ਅੰਦਰ ਇਹ ਭਾਵਨਾ ਬਣੀ ਰਹੇ, ਚਾਹ ਬਣਿਆ ਰਹੇ ਕਿ ਅਸੀਂ ਮਹਾਰਾਜ ਦੀ ਬਾਣੀ ਮਹਾਰਾਜ ਦੀਆਂ ਸਿਫਤਾਂ ਵਡਿਆਈਆਂ ਹਿਰਦੇ ਵਿੱਚ ਕਰਨੀਆਂ ਨੇ। ਸਾਡੇ ਉਸਤਾਦ ਜੀ ਪ੍ਰਿੰਸੀਪਲ ਸਾਹਿਬ ਕਹਿੰਦੇ ਹੁੰਦੇ ਸਨ ਕਿ ਬਾਣੀ ਕੰਠ ਤੇ ਮਾਇਆ ਕੰਠ, ਬਾਣੀ ਕੰਠ ਮਾਇਆ ਕੰਠ। ਜੇ ਸਾਡੇ ਅੰਦਰ ਬਾਣੀ ਕੰਠ ਹੋਏਗੀ, ਬਾਣੀ ਨੂੰ ਅਸੀਂ ਪੜਾਂਗੇ, ਬਾਣੀ ਨੂੰ ਵਿਚਾਰਾਂਗੇ, ਬਾਣੀ ਨੂੰ ਪ੍ਰਚਾਰਾਂਗੇ, ਪਸਾਰ ਕਰਾਂਗੇ ਆਲੇ ਦੁਆਲੇ, ਤੇ ਸਾਡੀ ਬਾਣੀ ਨੂੰ ਮਹਾਰਾਜ ਦੀ ਬਾਣੀ ਨੂੰ ਸੁਣ ਕੇ ਮਹਾਰਾਜ ਦੇ ਬੋਲਾਂ ਨੂੰ ਸੁਣ ਕੇ ਸਾਡੀ ਸੇਵਾ ਜਿਹੜੀ ਸੰਗਤ ਆਪੇ ਕਰੇਗੀ, ਕਰਾਉਣ ਦੀ ਲੋੜ ਨਹੀਂ ਹੈ, ਮਹਾਰਾਜ ਦੀ ਬਾਣੀ ਕਰਵਾਏਗੀ। ਜੇ ਸਾਡੇ ਅੰਦਰ ਬਾਣੀ ਹੈ, ਸਾਡੇ ਅੰਦਰ ਗੁਰੂ ਦੇ ਬੋਲ ਨੇ, ਗੁਰਬਾਣੀ ਕਹੈ ਸੇਵਕ ਜਨ ਮਨ ਹੈ ਪ੍ਰਤੱਖ ਗੁਰੂ ਨਿਸਤਾਰੇ, ਗੁਰਬਾਣੀ ਜੋ ਕਹਿੰਦੀ ਹੈ ਅਸੀਂ ਸੇਵਕ ਬਣ ਕੇ ਮੰਨਣਾ। ਜਿਵੇਂ ਸਾਡੇ ਛੋਟੇ ਵੀਰ ਸਾਡੇ ਸ਼ਿਸ਼ ਸਾਡੇ ਬੱਚੇ ਨੇ ਮਹਾਰਾਜ ਦੀ ਬਾਣੀ ਨੂੰ ਸਿੱਖਿਆ, ਫਿਰ ਵਿਦੇਸ਼ਾਂ ਵਿੱਚ ਮਹਾਰਾਜ ਜੀ ਦੀ ਸੇਵਾ ਕੀਤੀ, ਗੁਰੂ ਸਾਹਿਬ ਜੀ ਹੋਰ ਤਰੱਕੀਆਂ ਬਖਸ਼ਣ, ਹੋਰ ਆਪਣੇ ਅੰਦਰ ਭਾਵਨਾ ਦੇ ਨਾਲ ਬਾਣੀ ਪੜਨ। ਕੀਰਤਨ ਸੁਣ ਕੇ ਬੜਾ ਮਨ ਖੁਸ਼ ਹੋਇਆ ਕਿ ਕੀਰਤਨ ਵੀ ਕਰ ਲੈਂਦੇ ਨੇ, ਮੈਂ ਸੁਣਿਆ ਹੈ ਕਿ ਤਾਂਤੀ ਸਾਜਨਾ ਕਰਦੇ ਨੇ, ਤੇ ਸ਼ਾਮ ਨੂੰ ਫੋਨ ਕੀਤਾ ਬਾਬਾ ਜੀ ਜ਼ਰੂਰ ਆਉਣਾ ਤੁਸੀਂ, ਮੈਂ ਕਿਹਾ ਜੀ 7 ਵਜੇ ਅਸੀਂ 1 ਵਜੇ ਤੋਂ ਪਹਿਲਾਂ ਨਹੀਂ ਆ ਸਕਦੇ ਸੀ, ਥੋੜ੍ਹਾ ਜਾਣਾ ਸੀ ਕੀਰਤਨ ਕਰਨ। ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤ ਦਾ, ਤੇ ਬਹੁਤ ਬਹੁਤ ਧੰਨਵਾਦ ਸਾਰੇ ਨਿਹੰਗ ਸਿੰਘ ਜਥੇਬੰਦੀ ਵੀਰਾਂ ਦਾ, ਗੱਤਕੇ ਅਖਾੜੇ ਵੀਰਾਂ ਦਾ, ਤੇ ਸਮੂਹ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ। ਗੁਰੂ ਕੇ ਵਜ਼ੀਰ ਸਾਹਿਬਾਨ ਭਾਈ ਤਲੋਚਨ ਸਿੰਘ ਜੀ ਦਾ ਧੰਨਵਾਦ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ। ਹੁਣ ਆਨੰਦ ਸਾਹਿਬ ਜੀ ਦੇ ਜਾਪ ਆਪ ਜੀ ਪੌੜੀ ਰਹਿੰਦੀ ਬਸੰਤ ਦੀ ਵਾਰ ਦੀ ਪੌੜੀ ਪੜ੍ਹ ਕੇ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਜਾਪ। ਨਾ ਮੈਲਾ ਨਾ ਧੁੰਦਲਾ ਨਾ ਪੰਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ, ਨਾਨਕ ਲਾਲੋ ਲਾਲ ਹੈ, ਸੱਚੇ ਰੱਤਾ ਸੱਚ ਕਿੱਥੋਂ ਬੁਝ ਕਰੇ ਗਏ ਮੈਂ ਸੁਭਾਵੇ, ਜੀਸਸ ਸਭ ਕਸਮ ਕਹਿ ਕੌਣ ਕੀ ਪਾਵੇ, ਕਹਿ ਧਿਆਨ ਸੁਣ ਦਿਸੇ ਪਸਾਵੇ, ਗਮ ਕੁਛ ਸਾਹਿਬ ਸੱਚ ਪੂਰੇ ਗੁਰੇ ਉਪਦੇਸਿਆ, ਨਾਨਕ ਸੁਣਾਵੇ ਸੱਚ ਪੂਰੇ ਗੁਰੇ ਉਪਦੇਸਿਆ, ਨਾਨਕ ਸੁਣਾਵੇ ਕਿੱਥੋਂ ਉਪਜੇ ਕਰੈ ਕਹਿ ਮੈਂ ਸਮਾਵੇ, ਜੀ ਜਨ ਸਭ ਕਸੂਕੇ ਕੌਣ ਕੀਮਤ ਪਾਵੇ, ਕਹਿਣ ਧੈਨ ਸੁਨਤ ਸੇ ਪਖ ਸੁਹਾਵੇ,
ਅਗਮ ਗੁਚਰ ਸਾਹਿਬੋ ਦੂਸਰ ਲਵਨ ਲਾਵੇ ਸੱਚ ਪੂਰੇ ਗੁਰੂ ਪਜਸਿਆ ਨਾਨਕ ਸੁਣਾਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਨੀ ਮਾਏ ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਨੀ ਵਸਾਇਆ ਕਹਿ ਨਾਨਕ ਆਨੰਦ ਹੋ ਸਤਿਗੁਰੂ ਮੈਂ ਪਾਇ ਏ ਮਨ ਮੇਰਿਆ ਤੂੰ ਕਰੋ ਹਰਨਾ ਹਰ ਨਾਲ ਰਹੋ ਮਨ ਮੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗਲਾ ਸੰਗ੍ਰਥ ਸੁਆਮੀ ਸੋ ਤੋ ਮਨ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਧਰਤਾ ਤੇਰੇ ਸਭ ਕਿਛ ਹੈ ਜਿਸ ਤੇਰੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਬੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਾਬ ਗਵਾਈਆਂ ਘਰ ਸਾਧ ਸੁਖ ਮਨ ਆਇ ਵਸਿਆ ਜਿਨ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਦਾ ਆਧਾਰੋ ਵਾਜੇ ਪੰਛ ਬੰਦਿਤ ਕਾਰ ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆਂ ਪੰਚ ਦੂਤ ਤੁਤ ਵਸ ਕੀਤੇ ਕਾਲ ਕਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਕਹਿ ਨਾਨਕ ਤੈਸੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੁਰੇ ਸਗਲ ਸੂਰੇ ਦੁੱਖ ਰੋਗ ਸੰਤਾਪ ਤੁਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਦੇ ਜਾਣ ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਧਨਵੰਤ ਨਾਨਕ ਗੁਰ ਚਰਨ ਲਗ ਵਾਜੇ ਅਨਹਦ ਤੂ ਰੇ ਸਲੋਕ ਪਾਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਾਬ ਕਹੁ ਨਾਨਕ ਸਾਬ
ਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹ। ਪੰਜਾਂ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤਾ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੀ ਬੋਲ ਬਾਲੀ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਹੈ ਆਪ ਹੀ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਆ
ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਾ। ਹਰ ਜੀਆ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਪਾਸ ਸੇਵਕ ਪਰਿਵਾਰ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਗੁਰੂ ਬਾਬਾ ਜੀ, ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਕੀਤਾ ਲੋੜੀਐ ਕੰਮ, ਸੋ ਹਰ ਪਹਿ ਆਖੀਐ ਕਾਰਜ ਦੇਹ ਸਵਾਰ, ਸਤਿਗੁਰ ਸੱਚ ਸਾਖੀਐ ਘਰ ਮੰਦਰ ਹਟ ਨਾਲੇ ਸੋਹੈ, ਜਿਸ ਵਿੱਚ ਨਾਮ ਨਿਵਾਸੀ ਰਾਮ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਵਾਰਾ ਦੀ ਮਹਾਂਵਾਕਾਂ ਵਾਲੀਆਂ ਆਪ ਜੀਆਂ ਰਹਿਮਤਾਂ ਬਖਸ਼ਾਂ, ਦਇਆ ਕੀਤੀ ਗੁਰੂ ਬਾਬਾ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਜਸਵੀਰ ਸਿੰਘ ਦੀ ਸਮੂਹ ਪਰਿਵਾਰ ਨੇ ਆਪ ਜੀ ਦਾ ਕੋਟ ਕਰਾਣ ਸ਼ੁਕਰਾਨਾ ਕਰਦਿਆਂ ਹੋਇਆਂ ਸੋਹਣੇ ਘਰ ਮੰਦਰ ਦੀ ਉਸਾਰੀ ਅਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪ ਜੀ ਨੇ ਕਿਰਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਸੋਂ ਦੇ ਰੋਜ਼ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਬਖਸ਼ੇ ਹੋਏ ਗ੍ਰਹਿ ਵਿਖੇ ਆਪ ਜੀ ਦੇ ਚਰਨ ਪਵਾ ਕੇ ਧੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਗੁਰੂ ਬਾਬਾ ਜੀ। ਆਪ ਜੀ ਦੀ ਕਿਰਪਾ ਦੇ ਨਾਲ ਆਦ ਤੋਂ ਵੱਧ ਮੱਧ ਤੋਂ ਸੰਪੂਰਨ ਤਾਈਆਂ ਆਪ ਜੀ ਨੇ ਬਖਸ਼ੀਆਂ, ਆਪ ਜੀ ਦਾ ਕੋਟ ਕਟਾਣ ਧੰਨਵਾਦ ਸ਼ੁਕਰਾਨਾ ਗੁਰੂ ਬਾਬਾ ਜੀ। ਉਪਰੰਤ ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ, ਆਪ ਜੀ ਵੱਲੋਂ ਸਾਜੇ ਨਿਵਾਜੇ ਬਖਸ਼ੇ ਹੋਏ ਰਾਗੀ ਸਿੰਘਾਂ ਨੇ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਨਿਰੋਲ ਜਾਪ ਕੀਤੇ ਨੇ ਗੁਰੂ ਬਾਬਾ ਜੀ। ਪਰਸੋਂ ਦੇ ਲੋਚ ਤੋਂ ਲੈ ਕੇ ਹੁਣ ਤੱਕ ਪਾਠੀ ਸਿੰਘਾਂ ਦੇ ਕੋਲੋਂ ਕੀਰਤਨ ਕਰਦਿਆਂ, ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਦੀ ਪਵਿੱਤਰ ਗੋਦੀ ਵਿੱਚ ਬੈਠ ਕੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਵਾਸਤੇ ਆਪਣਿਆਂ ਬੱਚਿਆਂ ਸੇਵਕਾਂ ਦਾਸਾਂ ਦੇ ਸਿਰ 'ਤੇ ਮੇਰਾ ਪਤਿਆ ਹੱਥ ਰੱਖਣਾ, ਸ਼ੁੱਧ ਗੁਰਬਾਣੀ ਪੜ੍ਹਨੀਆਂ, ਦਾਤਾਂ ਬਖਸ਼ਿਸ਼ ਕਰਨੀਆਂ, ਇਸ ਤਰ੍ਹਾਂ ਪਿਆਰ ਭਾਵਨਾ ਇਕੱਤਰਤਾ ਬਖਸ਼ਿਸ਼ ਕਰਨੀ, ਚਰਨਾਂ ਕੌਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ। ਗੁਰੂ ਬਾਬਾ ਜੀ ਸੇਵਕ ਪਰਿਵਾਰ ਦੇ ਕੋਲੋਂ 16 ਪੈਰਾਂ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਦਿਆਂ, ਹਾਜ਼ਰੀ ਭਰਦਿਆਂ, ਗੁਰਬਾਣੀ ਸੁਣਦਿਆਂ, ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਰਹਿਮਤਾਂ ਬਖਸ਼ਾਂ ਕਰਨੀਆਂ, ਉਦਮ ਬਖਸ਼ ਕੇ ਦਰ ਘਰ ਦੀ ਸੇਵਾ ਆਪ ਲੈਣੀ,
ਇਸ ਰਾਹੀਂ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਦਿਆਂ ਹੋਇਆਂ ਗੁਰੂ ਬਾਬਾ ਜੀ ਸੇਵਕ ਪਰਿਵਾਰ ਨੂੰ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਝੋਲੀਆਂ ਭਰਨੀਆਂ, ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ, ਅੱਗੇ ਵਾਹ 'ਤੇ ਵੀ ਰਹਿਮਤਾਂ ਕਰਨੀਆਂ। ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੈ। ਵਾਕਾਂ ਵਾਲੀਆਂ ਰਹਿਮਤਾਂ ਕਰਨੀਆਂ, ਮਨੋਕਾਮਨਾ ਭਾਵਨਾ ਪੂਰੀਆਂ ਕਰਨੀਆਂ। ਗੁਰੂ ਬਾਬਾ ਜੀ ਭੋਗ ਦੇ ਸਮੇਂ ਆਪਦੇ ਬਖਸ਼ੇ ਉਦਮ ਨਾਲ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਦਰ 'ਤੇ ਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਤਿਰਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ, ਸੰਗਤਾਂ ਦੇ ਸਿਰ 'ਤੇ ਮੇਰਾਂ ਪ੍ਰਯਥ ਰੱਖਣਾ, ਖੁਸ਼ੀਆਂ ਦੇ ਖੇੜੇ ਬਖਸ਼ੇ ਕਰਨੇ, ਰਹਿਮਤਾਂ ਕਰਨੀਆਂ। ਗੁਰੂ ਬਾਬਾ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਦੁਸ਼ਾਲੇ ਭੇਟ ਕੀਤੇ ਅੰਗੀਕਾਰ ਕਰਦੇ ਹੋਏ, ਸੇਵਕਾਂ ਦੀ ਹਰ ਮਦਾਨੇ ਫਤਿਹ ਬਖਸ਼ਣੀ, ਪੜਦੇ ਢੱਕਣੇ ਲਾਜਪਤ ਰੱਖਣੀ, ਇੱਜ਼ਤ ਪਤ ਮਾਣ ਸਨਮਾਨ ਬਖਸ਼ਿਸ਼ ਕਰਦਾ ਗੁਰੂ ਬਾਬਾ ਜੀ। ਪਾਠੀ ਸਿੰਘਾਂ ਦੇ ਤਨ ਨਿਰਵਾਹ ਵਾਸਤੇ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਮਾਇਆ ਭੇਟਾ ਹਾਜ਼ਰ ਦਰ 'ਤੇ ਪ੍ਰਵਾਨ ਕਰਨੀ, ਖਜ਼ਾਨੇ ਭਰਪੂਰ ਕਰਨੇ, ਇਹ ਮਾਇਆ ਸ਼ੁਭ ਕਾਰਜਾਂ ਵਿੱਚ ਲਵਾਉਣੀ, ਚਰਨਾ ਕਮਲਾਂ ਦਾ ਆਸਰਾ ਬਖਸ਼ਿਸ਼ ਕਰਨਾ ਗੁਰੂ ਬਾਬਾ ਜੀ। ਆਪ ਜੀ ਦੇ ਹਜ਼ੂਰ ਭੋਗ ਦੀਆਂ ਸੰਪੂਰਨ ਤਾਈਆਂ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਸੇਵਕ ਪਰਿਵਾਰ ਵੱਲੋਂ। ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਕੀਤੀਆਂ ਆਪ ਜੀ ਪ੍ਰਵਾਨ ਕਰੋ। ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੇਵਾ ਸੇਵਕ ਪਰਿਵਾਰ ਦੀ ਲੇਖੇ ਵਿੱਚ ਲਾ ਲੈਣੀ, ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਦੁੱਖਾਂ ਕਲੇਸਾਂ ਦਲਿੱਦਰਾਂ ਪਾਪਾਂ ਦਾ ਨਾਸ ਕਰਨਾ, ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਦੀਆਂ ਤਾਕਤਾਂ, ਕਿਰਤ ਗਵਾਈਆਂ 'ਚ ਬਰਕਤਾਂ, ਕਾਰੋਬਾਰਾਂ 'ਚ ਵਾਧੇ, ਇੱਜ਼ਤ ਪਤ ਮਾਣ ਸਨਮਾਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ, ਬਾਣੀ ਬਾਣੇ ਨਾਲ ਪਿਆਰ, ਬਾਣੀ ਬਾਣੇ ਪ੍ਰਭਗਤਾ ਬਖਸ਼ੀ, ਜ਼ਿੰਦਗੀ ਨੂੰ ਚਰਨਾਂ ਨਾਲ ਜੋੜ ਕੇ ਭਲੇ ਵਿੱਚ ਗੁਜ਼ਾਰਨ ਦਾ ਬਲ, ਤਾਕਤਾਂ ਬਖਸ਼ਿਸ਼ ਕਰਦੀਆਂ, ਨਾਮ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਗੁਰੂ ਬਾਬਾ ਜੀ ਕਰੋ ਕਿਰਪਾ, ਦਿਓ ਦਰਸ਼ਨ ਦੀਦਾਰ, ਇਲਾਹੀ ਦਰਗਾਹੀ ਗੁਰਬਾਣੀ ਦੇ ਫੁਰਮਾਨ ਬਖਸ਼ੋ, ਸੰਗਤਾਂ ਨੂੰ ਨਿਹਾਲ ਕਰੋ, ਆਪਣੇ ਬਖਸ਼ੇ ਹੁਕਮਾਂ ਦੀ ਵਿਚਾਰ ਕਰਨ ਦੀ ਆਗਿਆ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਵਰਤਣਾ, ਭੋਗ ਦੀਆਂ ਸੰਪੂਰਨ ਤਾਈਆਂ, ਆਨੰਦ ਸਾਹਿਬ ਦੀਆਂ ਛੇ ਪੌੜੀਆਂ ਸਲੋਕ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦਾ ਭਲਾ ਕਰਨਾ, ਸੇਈ ਗੁਰਮੁਖ ਪਿਆਰਾਂ ਦਾ ਮੇਲ ਕਰਾਉਣਾ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਆਖ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦਮ, ਰਾਜ ਕਰੇਗਾ ਖਾਲਸਾ
ਆਕੀ ਰਹਿ ਖੁਆਰ ਹੋਏ ਸਭ ਮਿਲਾਂਗੇ ਬਚੈ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਜੋ ਸ਼ਰਦਾ ਕਰ ਸੇਵੰਦੇ ਗੁਰੂ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਪਾਰੇ ਬੋਲੇ ਪਾਵੇ ਸਤ ਸ੍ਰੀ ਸਿੰਘੋ ਸ਼ਹੀਦੋ ਮਰੀਦੋ ਹਠਿਓ ਜਪਿਓ ਤਪਿਓ ਸਮੂਹ ਖਾਲਸਾ ਜੀ ਕੋ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸੈਭੰ ਗੁਰ ਪ੍ਰਸਾਦ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੈਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ
ਕਾਲੈ ਕਾ ਕਿਛ ਨ ਬਸਾਏ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗੈ ਆਏ, ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨ ਬਸਾਏ, ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿਆ ਸਮਾਏ, ਨਾਨਕ ਹਉ ਬਲਿਹਾਰੀ ਤਿੰਨ ਕਉ, ਜੋ ਚੱਲਨ ਸਤਿਗੁਰ ਪਾਏ, ਮਹੱਲਾ ਤੀਜਾ ਬਿਨ ਸਬਦੈ ਸੁਧ ਨ ਹੋਵਈ, ਜੇ ਅਨੇਕ ਕਰੈ ਸਿੰਗਾਰ, ਪਿਰ ਕੀ ਸਾਰ ਨ ਜਾਣਈ, ਦੂਜੈ ਭਾਏ ਪਿਆਰ, ਸਾਕ ਸੁਧ ਸਾਕ ਲਖਣੀ, ਨਾਨਕ ਨਾਰੀ ਵਿੱਚ ਕੁਨਾਰ, ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ, ਹਰ ਉਚਰਾ ਹਰ ਲਾਹ ਲੈਣੀ, ਜੋ ਜਪਦੇ ਹਰ ਹਰ ਦਿਨਸ ਰਾਤ, ਤਿੰਨ ਹਉ ਕੁਰਬੈਣੀ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ, ਹਉ ਵਾਰਿਆ ਆਪਣੇ ਗੁਰੂ ਕਉ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ, ਹਉ ਵਾਰਿਆ ਆਪਣੇ ਗੁਰੂ ਕਉ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪੋਥੀ ਪਰਮੇਸ਼ਰ ਕਾ ਥਾਨ ਸਤਿਗੁਰੂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ,
ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਮੁਕੱਦਸ ਗੋਦ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀਓ ਸਤਿਗੁਰਾਂ ਨੇ ਬੜਾ ਤਰਸ ਕੀਤਾ ਜੋ ਆਪਣੇ ਪਿਆਰੇ ਗੁਰਸਿੱਖ ਭਾਈ ਜੋਬਨਜੀਤ ਸਿੰਘ ਤਿਨ੍ਹਾਂ ਦੇ ਸਮੂਹ ਪਰਿਵਾਰ ਨੂੰ ਨਵੀਂ ਇਮਾਰਤ ਦੀ ਦਾਤ ਬਖਸ਼ੀ ਅਤੇ ਗੁਰਸਿੱਖਾਂ ਨੇ ਵੀ ਸਤਿਗੁਰਾਂ ਦੇ ਭਾਣੇ ਨੂੰ ਮੰਨਦੇ ਹੋਏ ਜਿਹੜਾ ਬਚਨ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਕਰਦੇ ਨੇ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਰੋਸਾ ਠਾਕੁਰ ਦੇ ਭਰੋਸੇ ਨੂੰ ਲੈ ਕਰਕੇ ਸੇਵਕ ਪਰਿਵਾਰ ਨੇ ਧੁਰਕੀ ਬਾਣੀ ਦੇ ਅਖੰਡ ਜਾਪ ਪਰਸੋਂ ਤੋਂ ਪ੍ਰਾਰੰਭ ਕਰਵਾਏ ਸਤਿਗੁਰਾਂ ਨੇ ਰਹਿਮਤ ਕੀਤੀ ਅੱਜ ਭੋਗ ਪਏ ਉਪਰੰਤ ਦੀਵਾਨ ਸੱਜੇ ਸੋ ਹੁਣ ਸਤਿਗੁਰਾਂ ਨੇ ਮੁੱਖ ਵਾਕ ਦੀ ਦਾਤ ਬਖਸ਼ੀ ਹੈ ਮੈਂ ਬਚਨ ਕਰਾਂ ਗੁਰਬਾਣੀ ਦਾ ਜਦੋਂ ਅਧਿਐਨ ਕਰੀਦਾ ਹੈ ਤਾਂ ਗੁਰਬਾਣੀ ਦੇ ਵਿੱਚ ਦੋ ਪ੍ਰਮੁੱਖ ਚੀਜ਼ਾਂ ਨੇ ਜਿਨ੍ਹਾਂ ਦੇ ਤੌਰ ਤੇ ਅਸੀਂ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਇੱਕ ਪੱਖ ਹੈ ਸਾਹਿਤਕ ਪੱਖ ਦੂਸਰਾ ਪੱਖ ਹੈ ਭਾਵਾਤਮਕ ਪੱਖ ਜਦੋਂ ਸਿਧਾਂਤਕ ਪੱਖ ਨੂੰ ਲੈਂਦੇ ਹਾਂ ਤਾਂ ਉਸ ਸਮੇਂ ਗੁਰਬਾਣੀ ਦੇ ਵਿੱਚ ਜੋ ਸਿਧਾਂਤ ਆਉਂਦੇ ਨੇ ਭਾਵਨਾ ਆਉਂਦੀ ਹੈ ਗੁਰੂ ਮਹਾਰਾਜ ਉਪਦੇਸ਼ ਕੀ ਕਰਦੇ ਨੇ ਉਹ ਗੱਲ ਪ੍ਰਮੁੱਖ ਹੁੰਦੀ ਹੈ ਜਦੋਂ ਸਾਹਿਤਕ ਪੱਖ ਨੂੰ ਲਿਆ ਜਾਂਦਾ ਹੈ ਤਾਂ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਸ ਬਾਣੀ ਦੇ ਵਿੱਚ ਛੰਦ ਕੀ ਚੱਲ ਰਿਹਾ ਹੈ ਬਾਣੀ ਦੇ ਵਿੱਚ ਰਾਗ ਕਿਹੜਾ ਚੱਲ ਰਿਹਾ ਹੈ ਬਾਣੀ ਕਿਹੜੀ ਕਾਵਿ ਸ਼ੈਲੀ ਦੇ ਵਿੱਚ ਲਿਖੀ ਗਈ ਹੈ ਸਤਿਗੁਰੂ ਮਹਾਰਾਜ ਜੀ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਇਹ ਮੁੱਖ ਵਾਕ ਸੋਰਠ ਕੀ ਵਾਰ ਮਹੱਲਾ ਚੌਥਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਮੈਂ ਜ਼ਿਕਰ ਕਰਾਂ ਵਾਰ ਇੱਕ ਸਾਹਿਤਕ ਕਾਵਿ ਸ਼ੈਲੀ ਹੈ ਜਿਹੜੀ ਕਿ ਜੰਗਾਂ ਯੁੱਧਾਂ ਦੇ ਵੇਲੇ ਗਾਈ ਜਾਂਦੀ ਹੈ ਸਤਿਗੁਰੂ ਮਹਾਰਾਜ ਨੇ ਉਸ ਵਾਰ ਨੂੰ ਅਧਿਆਤਮ ਦੀ ਪਾਣ ਚਾੜ ਕੇ ਤੇ ਗੁਰਬਾਣੀ ਦੇ ਵਿੱਚ ਪੇਸ਼ ਕੀਤਾ 22 ਵਾਰਾਂ ਨੇ ਮਹਾਰਾਜ ਜੀ ਦੇ ਅੰਦਰ ਅਧਿਆਤਮਕ ਵਾਰਾਂ ਗੁਰੂ ਰਾਮਦਾਸ ਮਹਾਰਾਜ ਜੀ ਵਾਰ ਦੇ ਵਿੱਚ ਉਪਦੇਸ਼ ਕਰਦੇ ਨੇ ਜਿਨ੍ਹਾਂ ਦੀ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਸਲੋਕਾਂ ਦੇ ਨਾਲ ਕੀਤੀ ਹੈ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਬੀੜ ਦਾ ਸੰਕਲਨ ਕੀਤਾ 1604 ਈਸਵੀ ਤੇ ਮਹਾਰਾਜ ਜੀਆਂ ਨੇ ਜਦੋਂ ਬੀੜ ਤਿਆਰ ਕੀਤੀ ਨਾ ਤਾਂ ਪੌੜੀ ਦੇ ਵਿੱਚ ਜੋ ਸਿਧਾਂਤ ਪੇਸ਼ ਹੈ ਉਹਨਾਂ ਦੀ ਵਿਆਖਿਆ ਦੇ ਲਈ ਮਹਾਰਾਜ ਨੇ ਸਲੋਕ ਨਾਲ ਪੇਸ਼ ਕੀਤੇ ਨੇ ਤੇ ਸਲੋਕ ਜਦੋਂ ਅਸੀਂ ਪੜ੍ਹਦੇ ਹਾਂ ਇਸ ਵਾਰ ਦੇ ਅੰਦਰ ਇਸ ਪੌੜੀ ਦੇ ਨਾਲ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਲੋਕ ਨੇ ਤੇ ਜਦੋਂ ਸਲੋਕ ਦੀ ਗੱਲ ਕਰਦੇ ਹਾਂ ਤਾਂ ਸਲੋਕਾਂ ਦੇ ਵਿੱਚ ਜਾਂ ਸੰਪੂਰਨ ਮੁੱਖ ਵਾਕ ਦੇ ਅੰਦਰ ਦੋ ਗੱਲਾਂ ਜ਼ਿਕਰਯੋਗ ਨੇ ਪਹਿਲੀ ਹੈ ਜਿਸ ਨੇ ਬਚਨ ਕਮਾਉਣਾ ਦੂਸਰੀ ਜਿਸ ਪ੍ਰਥਾਏ ਬਚਨ ਕਮਾਉਣਾ ਗੱਲਾਂ ਧਿਆਨ ਦੇ ਨਾਲ ਸੁਣਿਓ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਇੱਕ ਸਫ਼ਰ ਦੇ ਵਾਂਗ ਹੈ ਤੇ ਹਰੇਕ ਸਫ਼ਰ ਦੀ ਇੱਕ ਮੰਜ਼ਿਲ ਜ਼ਰੂਰ ਹੁੰਦੀ ਹੈ
ਇਸ ਮਨੁੱਖੀ ਜੀਵਨ ਦੀ ਜਿਹੜੀ ਮੰਜ਼ਿਲ ਹੈ ਉਹ ਹੈ ਧਰਮ ਦੀ ਪ੍ਰਾਪਤੀ, ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋਈ ਹੈ, ਇਹ ਸਫ਼ਰ ਹੈ। ਇਸ ਸਫ਼ਰ ਦੇ ਵਿੱਚ ਪੜਾਅ ਵੀ ਬਹੁਤ ਆਉਂਦੇ ਨੇ, ਪਰਿਵਾਰ, ਪੁੱਤਰ, ਪਤੀ ਪਤਨੀ, ਮਾਂ ਬਾਪ, ਘਰ ਬਾਰ, ਇਹ ਸਾਰੇ ਪੜਾਅ ਦੇ ਰੂਪ ਨੇ, ਇਹ ਮੰਜ਼ਿਲ ਨਹੀਂ ਹੈ। ਪਰ ਮਨੁੱਖ ਗਫਲਤ ਦੇ ਵਿੱਚ ਆ ਕੇ ਪੜਾਅ ਨੂੰ ਆਪਣੀ ਮੰਜ਼ਿਲ ਮੰਨ ਕੇ ਬੈਠ ਜਾਂਦਾ ਹੈ ਤੇ ਉਹ ਉੱਥੋਂ ਤੱਕ ਸੀਮਿਤ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਨੇ, ਅਗਾਹਾਂ ਤੂੰ ਤਰਾਂਗ ਪਿੱਛਾ ਫੇਰ ਨਾ ਮੋਹਣਾ। ਦੱਖਣੀ ਬਾਣੀ ਦੇ ਵਿੱਚ ਪੰਚਮ ਗੁਰਦੇਵ ਦਾ ਬਚਨ ਹੈ। ਮਹਾਰਾਜ ਕਹਿੰਦੇ, ਅਗਾਹਾਂ ਤੂੰ ਤਰਾਂਗ, ਕਹਿੰਦੇ ਅੱਗੇ ਵੱਲ ਨੂੰ ਆਪਣਾ ਧਿਆਨ ਰੱਖ, ਪਿੱਛੇ ਮੁੜਨਾ ਤਾਂ ਦੂਰ, ਤੂੰ ਇਸ ਮੁਕਾਮ ਤੇ ਹੈ ਕਿ ਤੂੰ ਪਿੱਛੇ ਮੁੜ ਕੇ ਦੇਖ ਵੀ ਨਹੀਂ ਸਕਦਾ। ਮਹਾਰਾਜ ਕਹਿੰਦੇ ਅੱਗੇ ਨੂੰ ਵਧਣਾ ਹੈ ਤੇ ਇਹ ਅੱਗੇ ਦਾ ਜੀਵਨ ਹੈ। ਇਸ ਸਫ਼ਰ ਨੂੰ ਤੈਅ ਕਰਨ ਦੇ ਲਈ ਮਨੁੱਖ ਨੂੰ ਉਪਦੇਸ਼ ਚਾਹੀਦਾ ਹੈ, ਗਿਆਨ ਚਾਹੀਦਾ ਹੈ। ਉਹ ਉਪਦੇਸ਼ ਸਾਨੂੰ ਰੋਜ਼ਾਨਾ ਸਤਿਗੁਰੂ ਜੀ ਮੁੱਖ ਵਾਕ ਦੇ ਰੂਪ ਦੇ ਵਿੱਚ ਕਰਦੇ ਨੇ। ਮੈਂ ਮੁੱਖ ਵਾਕ ਦੇ ਇਤਿਹਾਸ ਦੀ ਗੱਲ ਕਰਾਂ, ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਆਦਿਬੀੜ ਮਹਾਰਾਜ ਜੀ ਦਾ ਹਰਿਮੰਦਰ ਸਾਹਿਬ ਦੇ ਕੀਤਾ ਨਾ, ਜਿਹਨੂੰ ਸਾਡੇ ਇਤਿਹਾਸਕ ਸਰੋਤ ਵੀ ਲਿਖਦੇ ਨੇ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਬਚਨ ਆਖਦੇ ਨੇ, ਬੁੱਢਾ ਜੀ ਖੁੱਲ ਹੋ ਗ੍ਰੰਥ ਲੇ ਹੋ ਆਵਾਜ਼, ਸੁਣੈ ਸਭ ਪੰਥ ਅਦਬ ਸਹਿਤ ਗ੍ਰੰਥ ਜੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਜੀ ਉਦੋਂ ਪਹਿਲੇ ਗ੍ਰੰਥੀ ਸਿੰਘ ਥਾਪੇ ਗਏ, ਉਹਨਾਂ ਨੇ ਬਚਨ ਮੂੰਹ ਦੇ ਵਿੱਚੋਂ ਕੱਢੇ, ਉਹਨਾਂ ਨੇ ਮੁੱਖ ਵਾਕ ਲਿਆ। ਉਹ ਪਹਿਲਾ ਮੁੱਖ ਵਾਕ ਸੂਹੀ ਰਾਗ ਦੇ ਵਿੱਚੋਂ ਆਇਆ, ਜਿੱਥੇ ਮਹਾਰਾਜ ਬਚਨ ਆਖਦੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਪਹਿਲਾ ਮੁੱਖ ਵਾਕ ਸੀ ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੌਰ ਦੀ ਸੇਵਾ ਕੀਤੀ ਤੇ ਬਾਬਾ ਬੁੱਢਾ ਜੀ ਨੇ ਮੁੱਖ ਵਾਕ ਲਿਆ। ਪਹਿਲਾ ਮੁੱਖ ਵਾਕ ਸੂਹੀ ਰਾਗ ਦੇ ਵਿੱਚੋਂ ਸੰਤਾਂ ਕੇ ਕਾਰਜ ਆਪ ਖਲੋਇਆ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਮੁੱਖ ਵਾਕ ਦੀ ਜਾਂ ਆਦਿ ਬਾਣੀ ਦੀ ਕਥਾ ਦੀ ਵਾਰਤਾ ਪ੍ਰਾਰੰਭ ਕਰਦੇ ਨੇ। ਦੂਸਰਾ ਇਤਿਹਾਸਕ ਮੁੱਖ ਵਾਕ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਲਿਆ ਜਾਂਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਦੇ ਨੇ, ਗੁਰਿਆਈ ਬਖਸ਼ਿਸ਼ ਕਰਦੇ ਨੇ। ਉਸ ਸਮੇਂ ਦੇ ਇਤਿਹਾਸਿਕ ਬੋਲ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪ੍ਰਕਾਸ਼ ਕੀਤਾ ਤੇ ਉਸ ਸਮੇਂ ਮੁੱਖ ਵਾਕ ਮਾਰੂ ਰਾਗ ਦੇ ਵਿੱਚੋਂ ਆਇਆ, ਜਿਹੜਾ ਮਹਾਰਾਜ ਜੀ ਦਾ ਬਚਨ ਦਰਜ ਹੈ, ਖੁੱਲਿਆ ਕਰਮ ਕਿਰਪਾ ਭਾਈ ਠਾਕੁਰ ਕੀਰਤਨ ਹਰ ਹਰਿ ਗਾਈ। ਇਹ ਉਸ ਸਮੇਂ ਦਾ ਮੁੱਖ ਵਾਕ ਸੀ ਜਦੋਂ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਗਈ ਤੇ ਸਤਿਗੁਰੂ ਮਹਾਰਾਜ ਨੇ ਅੱਗੋਂ ਫਿਰ ਬਚਨ ਕੀਤੇ। ਜਦੋਂ ਭਾਈ ਨੰਦ ਲਾਲ ਜੀ ਪੁੱਛਦੇ ਨੇ ਨਾ ਸਤਿਗੁਰੂ ਜੀ ਨੂੰ, ਕਲਗੀਧਰ ਸਤਿਗੁਰੂ ਜੀ, ਆਪ ਜੀ ਕਹਿ ਰਹੇ ਹੋ ਕਿ ਆਪ ਜੀ ਸੱਚਖੰਡ ਪਿਆਨਾ ਕਰ ਰਹੇ ਹੋ, ਆਪ ਜੀ ਆਪਣਾ ਸਰੀਰਕ ਚੋਲਾ ਤਿਆਗ ਰਹੇ ਹੋ, ਪਰ ਸਤਿਗੁਰੂ ਜੀ ਅਸੀਂ ਦਰਸ਼ਨ ਕਿਵੇਂ ਕਰਿਆ ਕਰਾਂਗੇ? ਤਾਂ ਰਹਿਤਨਾਮਿਆਂ ਦੇ ਅੰਦਰ ਭਾਈ ਨੰਦ ਲਾਲ ਜੀ ਦੇ ਬਚਨ ਨੇ, ਉਹ ਬਚਨ ਕਰਦੇ ਨੇ, ਕਹਿੰਦੇ ਕਿ ਜਦੋਂ ਭਾਈ ਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਤੁਹਾਡਾ ਦਰਸ਼ਨ ਕਿਵੇਂ ਕਰੀਏ, ਤਾਂ ਭਾਈ ਨੰਦ ਲਾਲ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਨੰਦ ਲਾਲ ਜੀ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ। ਕਹਿੰਦੇ ਮੇਰੇ ਤਿੰਨ ਰੂਪ ਨੇ, ਨਿਰਗੁਣ, ਸਰਗੁਣ, ਗੁਰ ਸ਼ਬਦ ਕਹੋ ਤੁਸੀਂ ਸਮਝਾਏ। ਕਹਿੰਦੇ ਇਹ ਤਿੰਨ ਸਰੂਪ ਨੇ ਮੇਰੇ, ਨਿਰਗੁਣ ਸਰੂਪ ਭਾਵ ਕਿ ਅਕਾਲ ਪੁਰਖ ਸਰੂਪ ਜਿਹਨੂੰ ਕੋਈ ਦੇਖ ਨਹੀਂ ਸਕਦਾ, ਸਰਗੁਣ ਸਰੂਪ ਮਹਾਰਾਜ ਕਹਿੰਦੇ ਜਦੋਂ ਸਾਬਤ ਸੂਰਤ ਪੰਚ ਪ੍ਰਧਾਨੀ ਸਿੰਘ ਇਕੱਤਰ ਹੋਵਣਗੇ, ਕਹਿੰਦੇ ਉਹਨਾਂ ਦੇ ਵਿੱਚੋਂ ਮੇਰਾ ਦਰਸ਼ਨ ਹੋਵੇਗਾ, ਤੇ ਮਹਾਰਾਜ ਕਹਿੰਦੇ ਤੀਸਰਾ ਸਰੂਪ ਮੇਰਾ ਸ਼ਬਦ ਦੇ ਵਿੱਚ ਹੈ।
ਤੇ ਮਹਾਰਾਜ ਕਹਿੰਦੇ ਵੀ ਜੋ ਜਿਹੜਾ ਸਿੰਘ ਮੈਨੂੰ ਆ ਕੇ ਮਿਲਣਾ ਚਾਹੁੰਦਾ ਹੈ ਗ੍ਰੰਥ ਜੀ ਪੜ੍ਹਿਆ ਵਿਚਾਰ ਹੈ ਸਾਧ ਕਹਿੰਦੇ ਨਾਲ ਨਾਲ ਗ੍ਰੰਥ ਨੂੰ ਪੜ੍ਹੋ ਨਾਲ ਨਾਲ ਉਹਦੇ ਸ਼ਬਦ ਦੀ ਵਿਚਾਰ ਵੀ ਕਰਨੀ ਹੈ ਤੇ ਸਤਿਗੁਰੂ ਮਹਾਰਾਜ ਸਾਨੂੰ ਰੋਜ਼ਾਨਾ ਮੁੱਖ ਵਾਕ ਦਿੰਦੇ ਨੇ ਤੇ ਅੱਜ ਦਾ ਜੋ ਮੁੱਖ ਵਾਕ ਸਤਿਗੁਰਾਂ ਨੇ ਹੁਣ ਬਖਸ਼ਿਸ਼ ਕੀਤਾ ਹੈ ਸੋਰਠ ਰਾਗ ਦੇ ਅੰਦਰ ਇਹਦੇ ਵਿੱਚ ਸਤਿਗੁਰੂ ਜੀ ਪਹਿਲਾ ਬਚਨ ਆਖਦੇ ਨੇ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੇ ਸੇਵਾ ਦੀ ਮਹਾਰਾਜ ਗੱਲ ਕਰਦੇ ਨੇ ਇਹ ਸੇਵਾ ਤੇ ਸਿਮਰਨ ਗੁਰਸਿੱਖ ਦੇ ਲਈ ਦੋ ਪੰਖਾਂ ਦੇ ਸਮਾਨ ਨੇ ਜੇਕਰ ਇਹਨਾਂ ਦੇ ਵਿੱਚੋਂ ਇੱਕ ਖੰਭ ਵੀ ਢਿੱਲਾ ਪੈ ਗਿਆ ਤਾਂ ਗੁਰਸਿੱਖ ਉਡਾਰੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗਿਆ ਹੈ ਗੁਰੂ ਦੀ ਸੇਵਾ ਤੋਂ ਸੁੱਖ ਪ੍ਰਾਪਤ ਹੁੰਦਾ ਹੈ ਅਧਿਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਸਾਹਿਤਕ ਅਧਿਐਨ ਦਾ ਇੱਕ ਪੱਖ ਹੈ ਗੁਰਬਾਣੀ ਵਿਆਕਰਨ ਜਿਹੜੇ ਸਹਿਜ ਪਾਠ ਨੇ ਨਾ ਜਿਹੜੇ ਅਭਿਆਸੀ ਸਿੰਘ ਨੇ ਉਹਨਾਂ ਨੇ ਧਿਆਨ ਦੇ ਨਾਲ ਪੜ੍ਹਿਆ ਹੋਊਗਾ ਤੇ ਸੁੱਖ ਸ਼ਬਦ ਕਿਤੇ ਖੱਖੇ ਮੁਕਤੇ ਦੇ ਨਾਲ ਆਉਂਦਾ ਹੈ ਤੇ ਸੁੱਖ ਸ਼ਬਦ ਕਿਤੇ ਖੱਖੇ ਔਂਕੜ ਦੇ ਨਾਲ ਆਉਂਦਾ ਹੈ ਜਿੱਥੇ ਖੱਖੇ ਨੂੰ ਔਂਕੜ ਲੱਗੀ ਹੈ ਉਹਦਾ ਭਾਵ ਹੈ ਇੱਕ ਵਚਨ ਪੁਲਿੰਗ ਭਾਵ ਕਿ ਇੱਕ ਵਚਨ ਦੀ ਗੱਲ ਹੈ ਭਾਵ ਅਧਿਆਤਮਿਕ ਸੁੱਖ ਜਿੱਥੇ ਖੱਖਾ ਬਹੁਵਚਨ ਦੇ ਵਿੱਚ ਆਏਗਾ ਖੱਖਾ ਮੁਕਤਾ ਹੋਵੇਗਾ ਉੱਥੇ ਮਤਲਬ ਹੋਣਗੇ ਕਿ ਬਹੁਤ ਸੁੱਖ ਹਨੇਰੇ ਸੁੱਖ ਇੱਥੇ ਸਤਿਗੁਰਾਂ ਨੇ ਸੁੱਖ ਦੇ ਖੱਖੇ ਨੂੰ ਔਂਕੜ ਦਰਜ ਕੀਤੀ ਹੈ ਭਾਵ ਇੱਕ ਸੁੱਖ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੈ ਗੁਰੂ ਦੀ ਸੇਵਾ ਕਰਨ ਦੇ ਨਾਲ ਅਧਿਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਬਚਨ ਹੈ ਸਤਿਗੁਰ ਕੀ ਸੇਵਾ ਗਾਖੜੀ ਮਹਾਰਾਜ ਕਹਿੰਦੇ ਬਹੁਤ ਔਖੀ ਸੇਵਾ ਹੈ ਸਿਰ ਦੀਜੈ ਆਪ ਗਵਾਏ ਕਹਿੰਦੇ ਇਹਦੇ ਵਾਸਤੇ ਮਨੁੱਖ ਨੂੰ ਸਿਰ ਦੇਣਾ ਪੈਂਦਾ ਹੈ ਤੇ ਇਹਦੇ ਨਾਲ ਰਲਦਾ ਮਿਲਦਾ ਇੱਕ ਸ਼ਬਦ ਹੋਰ ਹੁੰਦਾ ਹੈ ਗੁਰ ਕੀ ਸੇਵਾ ਅਤ ਸੁਖਾਲੀ ਕਈ ਭੁੱਲ ਦੇ ਵਿੱਚ ਇਹਦੇ ਅਰਥ ਕਰ ਜਾਂਦੇ ਨੇ ਕਿ ਸਤਿਗੁਰੂ ਦੀ ਸੇਵਾ ਬਹੁਤ ਸੌਖੀ ਹੈ ਪਰ ਨਹੀਂ ਸੁਖਾਲੀ ਦਾ ਅਰਥ ਹੈ ਸੁੱਖਾਂ ਦਾ ਘਰ ਸੁੱਖ ਆਲੇ ਦਾ ਭਾਵ ਘਰ ਕਹਿੰਦੇ ਗੁਰੂ ਦੀ ਸੇਵਾ ਜਿਹੜੀ ਹੈ ਉਹ ਸੁੱਖਾਂ ਦਾ ਘਰ ਹੈ ਸੁੱਖਾਂ ਦੇ ਪ੍ਰਦਾਨ ਕਰਨ ਵਾਲੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੈ ਮੈਂ ਬਚਨ ਆਖਾਂ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੀ ਸੇਵਾ ਮੰਨੀ ਹੈ ਇੱਕ ਤਨ ਦੀ ਸੇਵਾ ਇੱਕ ਧਨ ਦੀ ਸੇਵਾ ਤੇ ਦੂਸਰੀ ਮਨ ਦੀ ਸੇਵਾ ਤਨ ਦੀ ਸੇਵਾ ਦੇ ਬਾਰੇ ਵੀ ਅਸੀਂ ਜਾਣਦੇ ਹਾਂ ਕਿਸੇ ਨੂੰ ਦਾਨ ਦੇ ਦੇਣਾ ਗੁਰਦੁਆਰਿਆਂ ਦੀ ਇਮਾਰਤਾਂ ਦੇ ਲਈ ਦਾਨ ਦੇ ਦੇਣਾ ਇਹ ਧਨ ਦੀ ਸੇਵਾ ਹੈ ਤਨ ਭਾਵ ਸਰੀਰ ਦੀ ਸੇਵਾ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਬਰਤਨ ਮਾਂਜਦੇ ਹਾਂ ਜਦੋਂ ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਝਾੜੂ ਦੀ ਸੇਵਾ ਕਰਦੇ ਹਾਂ ਇਹ ਸਾਡੀ ਸਰੀਰਕ ਸੇਵਾ ਹੈ ਪ੍ਰਸਾਦ ਸੰਗਤ ਦੀ ਇੱਕ ਪ੍ਰਮੁੱਖ ਸੇਵਾ ਹੈ ਉਹ ਹੈ ਮਨ ਦੀ ਸੇਵਾ ਜੇਕਰ ਮਨ ਦੀ ਸੇਵਾ ਨਹੀਂ ਜੁੜ ਰਹੀ ਤਾਂ ਸਰੀਰ ਕੇਵਲ ਝਾੜੂ ਲਗਾ ਰਿਹਾ ਹੈ ਮਨ ਹਾਜ਼ਰ ਨਹੀਂ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਦੀ ਸੇਵਾ ਦੇ ਵਿੱਚ ਜੁੜਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰਕ ਸੇਵਾ ਤਾਂ ਕੀਤੀ ਜਾਂਦੀ ਹੈ ਕਿ ਸਾਡਾ ਮਨ ਸੇਵਾ ਦੇ ਵਿੱਚ ਜੁੜ ਸਕੇ ਤੇ ਸਤਿਗੁਰੂ ਮਹਾਰਾਜ ਮਨ ਦੀ ਸੇਵਾ ਦਾ ਮਾਰਗ ਦੱਸਦੇ ਨੇ ਹਰ ਕੀ ਟਹਿਲ ਕਮਾਵਨੀ ਜਪੀਐ ਪ੍ਰਭ ਕਾ ਨਾਮ ਕਹਿੰਦੇ ਪ੍ਰਭੂ ਦਾ ਨਾਮ ਜਪਣਾ ਇਹ ਮਨ ਦੀ ਸੇਵਾ ਹੈ ਜਦੋਂ ਜੀਵ ਸੁਰਤ ਕਰਕੇ ਆਪਣੇ ਆਪ ਨੂੰ ਬਲਵਾਨ ਕਰਦਾ ਹੈ ਨਾ ਉਦੋਂ ਮਨ ਦੀ ਸੇਵਾ ਦੇ ਵਿੱਚ ਜੁੜ ਜਾਂਦਾ ਹੈ ਇਹ ਸੁਰਤ ਹੀ ਹੈ ਜਿਹੜੀ ਮਨੁੱਖ ਨੂੰ ਉੱਚੀਆਂ ਉਡਾਣੀਆਂ ਭਰਨ ਦੇ ਲਈ ਮਜਬੂਰ ਕਰਦੀ ਹੈ ਇਹ ਸੁਰਤ ਹੀ ਹੈ ਜਿਹੜੀ ਮਨੁੱਖ ਨੂੰ ਨਿਵਾਣ ਦੇ ਵਿੱਚ ਲੈ ਕੇ ਜਾ ਸਕਦੀ ਹੈ ਜੇਕਰ ਮਨੁੱਖੀ ਸੁਰਤ ਦੇ ਵਿੱਚ ਗੰਦੇ ਵਿਚਾਰ ਚੱਲਦੇ ਨੇ ਮਨੁੱਖੀ ਸੁਰਤ ਦੇ ਵਿੱਚ ਗੰਦੇ ਗੀਤ ਚੱਲਦੇ ਨੇ ਤਾਂ ਉਹਦੀ ਸੁਰਤ ਕਦੇ ਵੀ ਉੱਚੀ ਉਡਾਣ ਨਹੀਂ ਭਰ ਸਕਦੀ ਜਿਸ ਸੁਰਤ ਦੇ ਵਿੱਚ ਗੁਰੂ ਦੀ ਬਾਣੀ ਚੱਲਦੀ ਹੈ ਜਿਸ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਚੱਲਦਾ ਹੈ ਮਹਾਰਾਜ ਕਹਿੰਦੇ ਉਹ ਰੂਹ ਜਿਹੜੀ ਹੈ ਉਹ ਆਤਮਾ ਜਿਹੜੀ ਹੈ ਉਹ ਬਹੁਤ ਉੱਚੀ ਉਡਾਣ ਭਰਦੀ ਹੈ ਜਿਹਨੂੰ ਭਾਈ ਵੀਰ ਸਿੰਘ ਜੀ ਲਿਖਦੇ ਨੇ ਰਾਣਾ ਸੂਰਤ ਸਿੰਘ ਦੇ ਅੰਦਰ ਬਹੁਤ ਸੁੰਦਰ ਬਿਆਨ ਕਰਦੇ ਨੇ ਉਹ ਸੇਵਾ ਦੀ ਵਡਿਆਈ ਨੂੰ
ਕਹਿੰਦੇ ਸਿੱਖੀ ਜਿਹੜੀ ਹੈ ਨਾ ਉਹ ਸੇਵਾ ਦਾ ਹੀ ਨਾਮ ਹੈ। ਧਰਮ ਦੀ ਦੁਨੀਆ ਦਾ ਸਭ ਤੋਂ ਨਿਰਮਾਣਤਾ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੀ ਝੌਲੀ ਦੇ ਵਿੱਚ ਪਾਇਆ, ਸਿੱਖ ਸ਼ਬਦ, ਭਾਵ ਹਮੇਸ਼ਾ ਸਿੱਖਦੇ ਰਹਿਣਾ, ਸਿੱਖਣ ਦੇ ਲਈ ਤਤਪਰ ਰਹਿਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਉਪਜੈ, ਗੁਰੂ ਦੀ ਸੇਵਾ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਉਹਦਾ ਫਿਰ ਜੰਮਣ ਮਰਨ ਮਿਟ ਜਾਂਦਾ ਹੈ, ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਤੇ ਹਰ ਸੇਤੀ ਮਨ ਰਵ ਰਿਹਾ, ਹਰੀ ਪਰਮਾਤਮਾ ਦੇ ਨਾਲ ਉਹਦਾ ਮਨ ਜਿਹੜਾ ਹੈ ਉਹ ਜੁੜ ਜਾਂਦਾ ਹੈ। ਦੂਸਰੇ ਸਲੋਕ ਦੀ ਆਰੰਭਤਾ ਦੇ ਵਿੱਚ ਮਹਾਰਾਜ ਇੱਕ ਹੋਰ ਮਹੱਤਵਪੂਰਨ ਪੱਖ ਪੇਸ਼ ਕਰਦੇ ਨੇ। ਮਹਾਰਾਜ ਕਹਿੰਦੇ ਬਿਨ ਸ਼ਬਦੈ ਸੁੱਧ ਨਾ ਹੋਵੇ, ਸ਼ਬਦ ਦੀ ਮਹਾਨਤਾ ਸਤਿਗੁਰੂ ਜੀ ਦੱਸਦੇ ਨੇ। ਕਹਿੰਦੇ ਸ਼ਬਦ ਤੋਂ ਬਿਨਾਂ ਸੁੱਧ ਨਹੀਂ ਹੋਇਆ ਜਾ ਸਕਦਾ। ਆਪਣੇ ਸਰੀਰ ਦੀ ਸਫਾਈ ਅਸੀਂ ਪਾਣੀ ਦੇ ਨਾਲ ਕਰ ਸਕਦੇ ਹਾਂ, ਪਰ ਮਨ ਦੀ ਸਫਾਈ ਦੇ ਲਈ ਸਤਿਗੁਰੂ ਜੀ ਕਹਿੰਦੇ ਸ਼ਬਦ ਦੀ ਮਾਂਜਣਾ ਜ਼ਰੂਰੀ ਹੈ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਮਹਾਰਾਜ ਜੀ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ। ਕਹਿੰਦੇ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਿੱਖੇ। ਸਰੀਰ ਦੀ ਮਿੱਟੀ, ਸਰੀਰ ਦੀ ਧੂੜ ਪਾਣੀ ਦੇ ਨਾਲ ਸਾਫ਼ ਹੋ ਸਕਦੀ ਹੈ, ਤੇ ਮਹਾਰਾਜ ਕਹਿੰਦੇ ਜੇਕਰ ਕੋਈ ਕੱਪੜਾ ਮਲੀਨ ਪਿਆ ਹੈ ਕਹਿੰਦੇ ਉਹਨੂੰ ਸਾਬਣ ਦੇ ਨਾਲ ਪਾਣੀ ਦੇ ਨਾਲ ਧੋਤਾ ਜਾ ਸਕਦਾ ਹੈ, ਪਰ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰਹਾਂ। ਕਹਿੰਦੇ ਉਹ ਨਾਮ ਦੀ ਰੰਗਤ ਦੇ ਨਾਲ ਸਾਫ਼ ਹੋਣੀ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਆਖਦੇ ਨੇ, ਕਹਿੰਦੇ ਬਿਨ ਸ਼ਬਦੈ ਸੁੱਧ ਨਾ ਹੋਵੇ। ਕਹਿੰਦੇ ਸ਼ਬਦ ਦੇ ਮਾਂਜਣਾ ਤੋਂ ਬਿਨਾਂ ਇਹ ਮਨੁੱਖ ਦਾ ਮਨ ਕਦੇ ਵੀ ਸਾਫ਼ ਨਹੀਂ ਹੋ ਸਕਦਾ। ਭਗਤ ਕਬੀਰ ਜੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ, ਉਹ ਇੱਕ ਵਿਅੰਗ ਕੱਸਦੇ ਨੇ। ਜਿਵੇਂ ਸਾਡੇ ਕੁਝ ਲੋਕ ਮੰਨਦੇ ਨੇ ਕਿ ਤੀਰਥਾਂ ਦੇ ਉੱਪਰ ਇਸ਼ਨਾਨ ਕਰਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ, ਗੰਗਾ ਦਾ ਇਸ਼ਨਾਨ ਕਰ ਲਈਏ ਤੇ ਮਨੁੱਖ ਦੇ ਮਨ ਦੀ ਮੈਲ ਕੱਟੀ ਜਾਂਦੀ ਹੈ, ਪਰ ਭਗਤ ਕਬੀਰ ਜੀ ਫਿਰ ਵਿਅੰਗ ਕੱਸਦੇ ਨੇ। ਕਹਿੰਦੇ ਜਲ ਕੇ ਮੱਜਣ ਜੇ ਗਤ ਹੋਵੇ, ਮੱਜਣ ਦਾ ਭਾਵ ਇਸ਼ਨਾਨ, ਕਹਿੰਦੇ ਜਲ ਦਾ ਇਸ਼ਨਾਨ ਕਰਨ ਦੇ ਨਾਲ ਜੇਕਰ ਮਨੁੱਖ ਨੂੰ ਗਤੀ ਪ੍ਰਾਪਤੀ ਹੁੰਦੀ, ਭਾਵ ਮੁਕਤੀ ਮਿਲਦੀ। ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਡੂ ਨਹਾਵੇ। ਕਹਿੰਦੇ ਮੇਂਡੂ ਡੱਡੂ ਤਾਂ ਹਮੇਸ਼ਾ ਰਹਿੰਦਾ ਹੀ ਪਾਣੀ ਦੇ ਵਿੱਚ, ਕਹਿੰਦੇ ਉਹਦਾ ਪਾਰ ਉਤਾਰਾ ਕਿਉਂ ਨਹੀਂ ਹੋ ਗਿਆ। ਭਾਵ ਜੇਕਰ ਮਨ ਨੂੰ ਸਾਫ਼ ਕਰਨਾ ਹੈ ਤੇ ਮਹਾਰਾਜ ਕਹਿੰਦੇ ਸ਼ਬਦ ਦੀ ਚੋਟ ਜਿਹੜੀ ਹੈ ਉਹ ਮਨ ਦੇ ਉੱਪਰ ਮਾਰਨੀ ਪਵੇਗੀ। ਸ਼ਬਦ ਦੇ ਨਾਲ ਮਨੁੱਖੀ ਮਨ ਨੂੰ ਮਾਂਜਣਾ ਪਵੇਗਾ, ਤੇ ਇਹ ਸ਼ਬਦ ਦੀ ਮਾਂਜਣਾ, ਸ਼ਬਦ ਦੀ ਚੋਟ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਪਸ਼ਟ ਦੱਸਦੇ ਨੇ, ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ, ਸਤਿਗੁਰਾਂ ਦਾ ਦਰਸ਼ਨ ਦੀਦਾਰ ਹਰੇਕ ਜੀਵ ਕਰਦਾ ਹੈ। ਅਸੰਗਤਾਂ ਦੇ ਪੰਡਾਲ ਭਰੇ ਪਏ ਨੇ, ਸਾਰਿਆਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਪਰ ਮਹਾਰਾਜ ਕਹਿੰਦੇ ਡਿੱਠ ਹੈ ਮੁਕਤ ਨਾ ਹੋਵੇ। ਕੇਵਲ ਅੱਖਾਂ ਦੇ ਨਾਲ, ਇਹਨਾਂ ਸਥੂਲ ਅੱਖਾਂ ਦੇ ਨਾਲ ਗੁਰੂ ਦਾ ਦਰਸ਼ਨ ਕਰਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੋਣੀ। ਡਿੱਠ ਹੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਸ਼ਬਦ ਦੀ ਵਿਚਾਰ ਹਿਰਦੇ ਦੇ ਅੰਦਰ ਨਹੀਂ ਵਸਦੀ। ਤੇ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਬਿਨ ਸ਼ਬਦੈ ਸੁੱਧ ਨਾ ਹੋਵੇ। ਜੇ ਅਨੇਕ ਕਰੈ ਸ਼ਿੰਗਾਰ ਹੋਰ, ਜਿੰਨੇ ਵੀ ਦਇਆ ਦਾਨ ਮਹਾਰਾਜ ਕਹਿੰਦੇ ਕਿ ਧਾਰਨ ਕਰ ਲਓ, ਪਰ ਮਨੁੱਖ ਦਾ ਮਨ ਸਾਫ਼ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਬਾਣੀ ਦੇ ਅੰਦਰ, ਪੁਨਹੇ ਬਾਣੀ ਦੇ ਅੰਦਰ ਮਹਾਰਾਜ ਸਪਸ਼ਟ ਕਰਦੇ ਨੇ, ਸਖੀ ਕਾਜਲ ਹਾਰ ਤੰਬੋਲ ਸਭੋ ਕੁਝ ਸਾਜਿਆ, ਸੁਲਹ ਕੀ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਕਰ ਆਵੇ ਕੰਤ ਤਾਂ ਸਭ ਕੁਛ ਪਾਈਏ, ਹਰ ਹਾਂ ਕੰਤ ਹੈ ਬਾਦ ਸ਼ਿੰਗਾਰ ਸਭ ਬਿਰਥਾ ਜਾਈਏ। ਜੇਕਰ ਸਾਡਾ ਪਤੀ ਮਨਜ਼ੂਰ ਨਹੀਂ, ਜੇਕਰ ਸਾਡਾ ਪਤੀ ਸਾਡੇ ਉੱਪਰ ਤਰੁੱਠਿਆ ਨਹੀਂ, ਤਾਂ ਸਾਡੀਆਂ ਜੀਵ ਇਸਤਰੀਆਂ ਦਾ ਸ਼ਿੰਗਾਰ ਕੀਤਾ ਹੋਇਆ ਵਿਅਰਥ ਹੈ। ਮਹਾਰਾਜ ਕਹਿੰਦੇ ਜੇਕਰ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਉੱਪਰ ਤਰੁੱਠਦਾ ਨਹੀਂ, ਹੋਰ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਓ, ਚਾਹੇ ਬਾਣੀ ਚਾਹੇ ਬਾਣਾ ਧਾਰਨ ਕਰ ਲਓ, ਜਿੰਨੇ ਮਰਜ਼ੀ ਸਾਬਤ ਸੂਰਤ ਬਣ ਜਾਓ, ਜੇਕਰ ਹਿਰਦੇ ਦੇ ਅੰਦਰ ਗੁਰਸਿੱਖੀ ਨਹੀਂ ਵਸੀ, ਮਹਾਰਾਜ ਕਹਿੰਦੇ ਉਹ ਕਿਸੇ ਕਾਰਜ ਦੀ ਨਹੀਂ। ਸਾਕ ਸੁੱਧ ਸਾਕ ਲੱਖਣ
ਰੱਖਣੀ ਨਾਨਕ ਨਾਰੀ ਵਿੱਚ ਕੁਨਾਰ, ਕੁਨਾਰ ਦਾ ਭਾਵ ਭੈੜੀ ਇਸਤਰੀ। ਮਹਾਰਾਜ ਕਹਿੰਦੇ ਉਹ ਨਾਰੀਆਂ ਦੇ ਵਿੱਚੋਂ, ਇਸਤਰੀਆਂ ਦੇ ਵਿੱਚੋਂ ਭੈੜੀ ਇਸਤਰੀ ਹੈ ਜਿਹੜੀ ਆਪਣੇ ਪਤੀ ਨੂੰ, ਆਪਣੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਿਝਾ ਨਹੀਂ ਸਕਦੀ। ਤੇ ਪੌੜੀ ਦੇ ਅੰਦਰ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਅਰਦਾਸ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਦਇਆ ਕਰੋ, ਹਰ ਹਰ ਆਪਣੀ ਦਇਆ ਕਰ, ਹੇ ਹਰੀ ਪਰਮਾਤਮਾ ਜੀ ਉਹ ਆਪਣੀ ਦਇਆ ਕਰੋ, ਹਰ ਬੋਲੀ ਬੈਣੀ ਮੈਂ ਤੁਹਾਡੀ ਉਪਮਾ ਦੇ ਬਚਨਾਂ ਨੂੰ ਬੋਲਾਂ, ਤੁਹਾਡੀ ਉਪਮਾ ਦੇ ਗੀਤਾਂ ਨੂੰ ਗਾਇਨ ਕਰਾਂ, ਹਰ ਨਾਮ ਧਿਆਈ ਹਰ ਉਚਰਾਂ, ਮੈਂ ਹਰੀ ਪਰਮਾਤਮਾ ਜੀ ਦਾ ਨਾਮ ਧਿਆਵਾਂ, ਉਹਦੇ ਨਾਮ ਨੂੰ ਉਚਾਰਨ ਕਰਾਂ ਹਰ ਲਾਹਾ ਲੈਣੀ, ਕਿਉਂ ਇਹ ਸੰਸਾਰ ਦੇ ਵਿੱਚ ਲਾਹਾ ਖੱਟਣ ਵਾਲੀ ਵਸਤੂ ਹੈ। ਤੇ ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਜਿੰਨੇ ਵੀ ਲੋਕ ਨੇ, ਜੇਕਰ ਉਹ ਹਰੀ ਪਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਜੁੜੇ ਹੋਏ ਨਹੀਂ, ਜੇਕਰ ਉਹ ਹਿਰਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਨਹੀਂ, ਤਾਂ ਉਹ ਸੰਸਾਰ ਦੇ ਉੱਪਰ ਕੇਵਲ ਤੇ ਕੇਵਲ ਅਕਿਰਤ ਘਣਤਾ ਵਾਲਾ ਜੀਵਨ ਬਿਆਨ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਧਰਤੀ ਦੇ ਉੱਪਰ ਭਾਰ ਬਹੁਤ ਹੈ ਪਰਬਤਾਂ ਦਾ, ਰੁੱਖਾਂ ਦਾ, ਪਰ ਧਰਤੀ ਕਹਿੰਦੀ ਹੈ ਮੈਨੂੰ ਇਹਨਾਂ ਦੇ ਵਿੱਚੋਂ ਕਿਸੇ ਦਾ ਭਾਰ ਨਹੀਂ ਲੱਗਦਾ, ਮੈਨੂੰ ਭਾਰ ਲੱਗਦਾ ਹੈ ਤਾਂ ਕੇਵਲ ਤੇ ਕੇਵਲ ਅਕਿਰਤ ਘਣ ਮਨੁੱਖ ਦਾ, ਜਿਹੜਾ ਆਪਣੇ ਪਰਮੇਸ਼ਵਰ ਨੂੰ ਯਾਦ ਨਹੀਂ ਰੱਖਦਾ, ਜਿਹੜੀਆਂ ਉਹਦੀਆਂ ਦਿੱਤੀਆਂ ਦਾਤਾਂ ਨੂੰ ਵਿਸਾਰ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਅਕਿਰਤ ਘਣ ਨਹੀਂ ਬਣਨਾ, ਅਸੀਂ ਗੁਰੂ ਕੇ ਸਿੱਖ ਬਣਨਾ ਹੈ। ਗੁਰੂ ਕੇ ਸਿੱਖ ਬਣਨ ਦੇ ਲਈ ਮਹਾਰਾਜ ਕਹਿੰਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਪਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੋਂ ਸਾਨੂੰ ਦੋ ਚੀਜ਼ਾਂ ਪ੍ਰਮੁੱਖ ਮਿਲਦੀਆਂ ਨੇ, ਇੱਕ ਹੈ ਸ਼ਾਸਤਰ ਤੇ ਦੂਸਰਾ ਸ਼ਸਤਰ। ਇਹਨਾਂ ਦੋਵਾਂ ਦੇ ਨਾਲ ਸਿੱਖੀ ਦੀ ਪਛਾਣ ਹੈ। ਜੇਕਰ ਸਿੱਖ ਦੇ ਕੋਲ ਸ਼ਾਸਤਰ ਹੈ ਭਾਵ ਕਿ ਗਿਆਨ ਹੈ, ਵਿਦਿਆ ਹੈ, ਤਾਂ ਕਹਿੰਦੇ ਉਹ ਆਪਣੀ ਰੂਹ ਨੂੰ ਉੱਚਾ ਚੁੱਕ ਸਕਦਾ ਹੈ। ਜੇਕਰ ਸ਼ਸਤਰ ਹੈ ਤਾਂ ਉਹ ਆਪਣੇ ਸ਼ਾਸਤਰ ਦੀ ਰੱਖਿਆ ਵੀ ਕਰ ਸਕਦਾ ਹੈ। ਇਹ ਮਹਾਰਾਜ ਨੇ ਦੋ ਸਾਨੂੰ ਜਿਹੜੀਆਂ ਅਮੁੱਲ ਦਾਤਾਂ ਨੇ, ਮਹਾਰਾਜ ਨੇ ਦਾਤਾਂ ਤਾਂ ਬਹੁਤ ਦਿੱਤੀਆਂ ਨੇ ਮਹਾਰਾਜ ਨੇ ਸਾਨੂੰ, ਕੋਈ ਅੰਤ ਪਾਰਾਵਾਰ ਨਹੀਂ ਆ ਉਹਨਾਂ ਚੀਜ਼ਾਂ ਦਾ, ਪਰ ਇਹ ਪ੍ਰਮੁੱਖ ਚੀਜ਼ਾਂ ਨੇ। ਜਦੋਂ ਇਹਨਾਂ ਦੋ ਵਸਤੂਆਂ ਦੇ ਉੱਪਰ ਹਰੇਕ ਗੁਰਸਿੱਖ ਦੀ ਆਪਣੀ ਪਕੜ ਮਜ਼ਬੂਤ ਬਣਦੀ ਗਈ, ਤਾਂ ਉਹ ਗੁਰਸਿੱਖ ਆਪਣੇ ਗੁਰੂ ਨੂੰ ਪਿਆਰਾ ਹੋਵੇਗਾ। ਕਿਉਂਕਿ ਮਕਸਦ ਤਾਂ ਇਹੋ ਹੀ ਹੈ ਨਾ ਕਿ ਸੰਸਾਰ ਦੇ ਵਿੱਚ ਆਏ ਕੀ ਕਰਨਾ, ਪਰਮਾਤਮਾ ਦਾ ਨਾਮ ਜਪਣ ਦੇ ਲਈ, ਪਰਮਾਤਮਾ ਦੇ ਨਾਲ ਇੱਕਮਿੱਕ ਹੋਣ ਦੇ ਲਈ। ਪਰ ਜਦੋਂ ਮਨੁੱਖ ਪੜਾਅ ਨੂੰ ਆਪਣੀ ਮੰਜ਼ਿਲ ਮੰਨ ਕੇ ਬੈਠ ਜਾਂਦਾ ਹੈ, ਆਪਣੇ ਗ੍ਰਹਿਸਥ ਦੇ ਵਿੱਚ ਮੰਨ ਕੇ ਬੈਠ ਜਾਂਦਾ ਹੈ, ਆਪਣੇ ਪਰਿਵਾਰ ਦੇ ਵਿੱਚ ਉਲਝ ਕੇ ਬੈਠ ਜਾਂਦਾ ਹੈ, ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਤਾਂ ਕਹਿੰਦੇ ਉਹ ਆਪਣੀ ਅਧਿਆਤਮਿਕ ਉਚਾਈ ਨਹੀਂ ਕਰ ਸਕਦਾ। ਮੈਂ ਅਖੀਰ ਤੇ ਦੋ ਬਚਨ ਆਖ ਕੇ ਸਮਾਪਤੀ ਵੱਲ ਵਧਾਂ। ਇੱਕ ਨਾ ਗੁਰੂ ਅੰਗਦ ਦੇਵ ਮਹਾਰਾਜ ਵਾਰੀ ਨਾ ਇੱਕ ਗੁਰਸਿੱਖ ਮਹਾਰਾਜ ਜੀਆਂ ਦੇ ਕੋਲ ਹੁੰਦਾ ਹੈ। ਸਾਡੇ ਸੰਸਾਰੀ ਜੀਵਾਂ ਦੀ ਵਾਰਤਾ ਹੈ, ਆਪਣੇ ਤੇ ਢੁਕਾ ਕੇ ਗੱਲ ਕਰਿਓ। ਅਸੀਂ ਕਹਿ ਦਿੰਦੇ ਹਾਂ ਜੀ ਮਹਾਰਾਜ ਸਮਾਂ ਨਹੀਂ ਲੱਗਦਾ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ ਸਮਾਂ ਨਹੀਂ ਲੱਗਦਾ। ਇੱਕ ਸਿੱਖ ਹੋਇਆ ਭਾਈ ਗੁੱਜਰ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਆਇਆ। ਦਰਬਾਰ ਦੇ ਵਿੱਚ ਆ ਕੇ ਮਹਾਰਾਜ ਜੀਆਂ ਨੂੰ ਬਚਨ ਆਖੇ, ਸਤਿਗੁਰੂ ਜੀ ਕਿਰਤੀ ਸਿੱਖਿਆ, ਗ੍ਰਹਿਸਥੀ ਸਿੱਖਿਆ, ਸਮਾਂ ਨਹੀਂ ਲੱਗਦਾ ਬਾਣੀ ਪੜ੍ਹਨ ਦਾ, ਮੇਰੇ ਕੋਲ ਸਮਾਂ ਨਹੀਂ ਹੁੰਦਾ ਕਿ ਮੈਂ ਬੈਠ ਕੇ ਨਾਮ ਜਪ ਸਕਾਂ, ਸੇਵਾ ਕਰ ਸਕਾਂ, ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਆ ਜਿਹੜੇ ਅਸੀਂ ਬਚਨ ਆਖਦੇ ਹਾਂ ਜੀ ਸਾਡੇ ਕੋਲ ਕੰਮ ਬਹੁਤ ਹੁੰਦੇ ਨੇ, ਸਾਡੇ ਕੋਲ ਸਮਾਂ ਨਹੀਂ ਹੁੰਦਾ ਬਾਣੀ ਪੜ੍ਹਨ ਦਾ, ਤਾਂ ਸਤਿਗੁਰੂ ਜੀ ਫਿਰ ਉਹਨੂੰ ਸਮਝਾਉਂਦੇ ਨੇ, ਕਹਿੰਦੇ ਭਾਈ ਗੁੱਜਰ ਇੱਕ ਉਪਦੇਸ਼ ਅਸੀਂ ਕਰਦੇ ਹਾਂ, ਉਹਨੂੰ ਤੂੰ ਆਪਣੇ ਪੱਲੇ ਦੇ ਨਾਲ ਬੰਨ ਲੈ। ਉਹ ਉਪਦੇਸ਼ ਮਹਾਰਾਜ ਜੀ ਨੇ ਕੀਤਾ ਜਿਹਨੂੰ ਕਵੀ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਦੇ ਵਿੱਚ ਲਿਖਦੇ ਨੇ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਤੇ ਕਹਿੰਦੇ ਮਹਾਰਾਜ ਜੀ ਬਚਨ ਆਖਦੇ ਨੇ
ਇੱਕ ਚਿੱਤ ਜਪਜੀ ਨਿਤ ਪਠਹੁ। ਕਹਿੰਦੇ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨਾ, ਕੋਈ ਹੋਰ ਮਹਾਰਾਜ ਨੇ ਬਚਨ ਨਹੀਂ ਆਖਿਆ। ਕਹਿੰਦੇ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਪਰ ਅਸੀਂ ਜਪਜੀ ਸਾਹਿਬ, ਅਸੀਂ ਵੀ ਆਪਣੀ ਉਮਰ ਦੇ ਵਿੱਚ 23 ਸਾਲ ਦਾਸ ਦੀ ਉਮਰ ਹੋ ਗਈ ਹੈ, 23 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਜਪਜੀ ਸਾਹਿਬ ਪੜ੍ਹਿਆ ਹੋਊਗਾ, ਪਰ ਇੱਕ ਚਿੱਤ ਨਹੀਂ ਜੀ ਹੋਇਆ ਗਿਆ। ਅਸੀਂ ਵੀ ਪੜ੍ਹੇ ਆ, ਬਜ਼ੁਰਗ ਵੀ ਬੈਠੇ ਨੇ। ਇੱਕ ਚਿੱਤ ਹੋਣ ਦੇ ਲਈ ਪਤਾ ਨਹੀਂ ਕਿੰਨੇ ਜਨਮ ਜਨਮਾਂਤਰਾਂ ਦਾ ਸਮਾਂ ਲੱਗ ਜਾਂਦਾ ਹੈ ਇੱਕ ਚਿੱਤ ਹੋਣ ਦੇ ਲਈ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਗੁਰਸਿੱਖਾ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਤੇ ਫਿਰ ਮਹਾਰਾਜ ਅੱਗੋਂ ਮਾਰਗ ਦੱਸਦੇ ਨੇ ਕਿ ਇੱਕ ਚਿੱਤ ਕਿਵੇਂ ਹੋਇਆ ਜਾਂਦਾ ਹੈ। ਕਹਿੰਦੇ ਜਪਜੀ ਅਰਥ ਵਿਚਾਰਨ ਕਰੋ। ਕਹਿੰਦੇ ਤੁਰਦਿਆਂ ਫਿਰਦਿਆਂ ਭਾਈ ਗੁੱਜਰ, ਜਦੋਂ ਤੂੰ ਤੁਰਦਿਆਂ ਫਿਰਦਿਆਂ ਆਪਣੀ ਕਿਰਤ ਦਾ ਕੰਮ ਕਰਦਾ ਹੈ ਨਾ, ਲੁਹਾਰ ਦਾ ਕੰਮ ਕਰਦਾ ਹੈ, ਕਹਿੰਦੇ ਤੁਰਦਿਆਂ ਫਿਰਦਿਆਂ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਤੇ ਜਪਜੀ ਸਾਹਿਬ ਦੇ ਅਰਥਾਂ ਦੀ ਵਿਆਖਿਆ ਕਰਿਆ ਕਰ। ਹੁਣ ਕਿੰਨਾ ਕੁ ਔਖਾ ਹੈ, ਅਬੀਬੀਆਂ ਬੈਠੀਆਂ ਨੇ, ਪ੍ਰਸ਼ਾਦਾ ਪਾਣੀ ਤਿਆਰ ਕਰਦਿਆਂ ਪੜ੍ਹ ਲਿਆ ਕਰੋ ਨਾਲ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਆਪੇ ਆਪ ਨਿਰੰਜਨ ਸੋਏ। ਉਹ ਮਾਇਆ ਤੋਂ ਰਹਿਤ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਗੁੱਜਰ ਇਸ ਤਰ੍ਹਾਂ ਪੜ੍ਹਿਆ ਕਰ। ਕਹਿੰਦੇ ਜਦੋਂ ਵਾਰ ਵਾਰ ਹਿਰਦੇ ਦੇ ਅੰਦਰੋਂ ਤੇਰੇ ਉਹ ਜਾਪ ਚੱਲੂਗਾ, ਕਹਿੰਦੇ ਤੇਰਾ ਚਿੱਤ ਜੁੜੂਗਾ, ਜਿਸ ਦਿਨ ਚਿੱਤ ਜੁੜ ਗਿਆ ਉਦਣ ਤੂੰ ਸਿੱਖ ਨਹੀਂ ਗੁਰੂ ਦੇ ਸਥਾਨ ਤੇ ਆਪ ਆਣ ਕੇ ਵਿਰਾਜਮਾਨ ਹੋਵੇਗਾ। ਇਹ ਵਡਿਆਈ ਸਤਿਗੁਰਾਂ ਨੇ ਦਿੱਤੀ ਹੈ ਕਿ ਆ ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ਿਸ਼ ਦੇ ਨਾਲ ਨਵਾਜਿਆ ਉਹਨਾਂ ਨੂੰ ਆਪਣੇ ਬਰਾਬਰ ਬਿਠਾਇਆ ਹੈ, ਇਹ ਸਤਿਗੁਰੂ ਦੀ ਸਿਫਤ ਹੈ। ਤੇ ਮਹਾਰਾਜ ਕਹਿੰਦੇ ਨੇ ਜਪਜੀ ਸਾਹਿਬ ਦੀ ਇੱਕ ਐਸੀ ਬਰਕਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਸਿੱਖ ਬੈਠੇ ਨੇ, ਕਹਿੰਦੇ ਜਿਨ੍ਹਾਂ ਨੂੰ ਅਜੇ ਤੱਕ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ, ਕਹਿੰਦੇ ਉਹ ਮਤਾਂ ਜਾਣਿਓ ਕਿ ਅਸੀਂ ਸਿੱਖ ਹਾਂ, ਅਸੀਂ ਆਪਣੇ ਆਪ ਨੂੰ ਸਿੱਖ ਗਵਾਉਂਦੇ ਹਾਂ, ਪਰ ਜੇਕਰ ਸਾਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ, ਕਹਿੰਦੇ ਨਾਮ ਧਰਿਓ ਗੁਰਸਿੱਖ ਹਨੇ, ਜਾਂ ਆਪਣਾ ਨਾਮ ਤੇ ਧਰ ਲਿਆ ਗੁਰਸਿੱਖ, ਪਰ ਜਪਜੀ ਕੰਠ ਨਹਿ ਕੀਨ, ਕਹਿੰਦੇ ਪਰ ਜਪਜੀ ਦਾ ਪਾਠ ਤੇ ਕੰਠ ਹੀ ਨਹੀਂ ਕੀਤਾ। ਤੁੰਦਲ ਬਿਨ ਤੁਖ ਕਾਮ ਕਹਿੰਦ ਨਿਸ ਫਿਰ ਇਦ ਵਿਦ ਚੀਨ, ਕਹਿੰਦੇ ਉਹਨੇ ਸਫਲ ਹੈ ਕਿਸੇ ਕੰਮ ਦਾ ਨਹੀਂ। ਇਹ ਜਪਜੀ ਸਾਹਿਬ ਦੀ ਮਰਿਆਦਾ ਹਰੇਕ ਗੁਰਸਿੱਖ ਨੇ ਆਪਣੇ ਧਰਮ ਦੇ ਅੰਦਰ, ਆਪਣੀ ਮਰਿਆਦਾ ਦੇ ਅੰਦਰ ਲੈ ਕੇ ਆਉਣੀ ਹੈ। ਮਹਾਰਾਜ ਕਹਿੰਦੇ ਇਹ ਪਹਿਲੀ ਪੌੜੀ ਹੈ। ਮਹਾਰਾਜ ਕਹਿੰਦੇ ਥੋੜਾ ਸਮਾਂ ਹੀ ਜਿਹੜਾ ਹੈ ਆਪਣੀ ਬੰਦਗੀ ਦੇ ਲਈ ਕੱਢ ਲਿਆ ਕਰੋ। ਸਤਿਗੁਰੂ ਮਹਾਰਾਜ ਜੀ ਨੇ ਮੁੱਖ ਵਾਕ ਦੇ ਅੰਦਰ 3 ਚੀਜ਼ਾਂ ਪ੍ਰਮੁੱਖ ਸਾਨੂੰ ਉਹ ਸਿਧਾਂਤ ਪੇਸ਼ ਕੀਤੇ ਨੇ। ਪਹਿਲਾ ਹੈ ਸੇਵਾ ਦਾ ਸਿਧਾਂਤ, ਦੂਸਰਾ ਸ਼ਬਦ ਦਾ ਸਿਧਾਂਤ ਭਾਵ ਸਿਮਰਨ ਦਾ ਸਿਧਾਂਤ, ਤੀਸਰਾ ਫਿਰ ਮਹਾਰਾਜ ਨੇ ਅਰਦਾਸ ਦੀ ਗੱਲ ਕੀਤੀ ਹੈ ਕਿ ਅਰਦਾਸ ਗੁਰਸਿੱਖ ਦੇ ਲਈ ਜ਼ਰੂਰੀ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਮੂਹ ਪਰਿਵਾਰ ਨੂੰ ਬੇਅੰਤ ਬੇਅੰਤ ਮੁਬਾਰਕਾਂ। ਅੱਖਰ ਵਾਧਾ ਘਾਟਾ ਪੁਲਚਕ ਮੁਆਫ ਕਰਨਾ। ਅਖੀਰ ਤੇ ਗਜਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ, ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਦਾ ਅਤਿ ਧੰਨਵਾਦੀ ਹਾਂ ਜੋ ਬੜੇ ਹੀ ਪ੍ਰੇਮ ਦੇ ਨਾਲ ਆਪਣਾ ਚਿੱਤ ਲਾ ਕੇ ਬੈਠੇ ਹੋ। ਇਹ ਬੜੀ ਵੱਡੀ ਗੱਲ ਹੈ ਸਾਧ ਸੰਗਤ ਜੀ। ਮੈਂ ਦਾਸ, ਅਸੀਂ ਵੀ ਸਤਿ ਸ੍ਰੀ ਅਕਾਲ ਜੁੜੇ ਹੋਏ ਹਾਂ ਇਹ ਆਪ ਜੀ ਸੰਗਤਾਂ ਦੇ ਨਾਲ, ਆਪ ਜੀ ਸੰਗਤਾਂ ਦੇ ਚਰਨ ਪਰਸ਼ ਕਰਦੇ ਹਾਂ। ਬਹੁਤ ਹੀ ਘੱਟ ਗੱਲ ਹੁੰਦੀ ਹੈ ਜਦੋਂ ਸਤਿ ਸ੍ਰੀ ਇਹਦਾ ਚਿੱਤ ਲਾ ਕੇ ਸੰਗਤ ਬੈਠਦੀ ਹੈ, ਭਾਵੇਂ ਕਿ ਅਸੀਂ
ਵੇਖਦੇ ਹਾਂ ਲੰਗਰ ਵੀ ਆਰੰਭ ਕਰਤਾ ਸੀ ਪਹਿਲਾਂ, ਪਰ ਸੰਗਤਾਂ ਨੇ ਜਿੱਤ ਲਾ ਕੇ ਬੈਠਣਾ ਕੀਤਾ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਜੀ, ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਹਾਜ਼ਰੀ ਭਰੀ ਹੈ। ਉਸ ਤੋਂ ਬਾਅਦ ਮੈਂ ਗੁਰੂ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਠਾਨਕੋਟ ਸ਼ੁਕਰਾਨਾ ਕਰਦਾ ਹਾਂ, ਜਿਸਨੇ ਇਤਨੀਆਂ ਵਡਿਆਈਆਂ ਬਖਸ਼ੀਆਂ ਨੇ ਕਿ ਜਿਨ੍ਹਾਂ ਦਾ ਅਸੀਂ ਆਪਣਾ ਜੀਵਨ ਦਾਨ ਦੇ ਕੇ ਵੀ ਨਹੀਂ ਮੁੱਲ ਤਾਰ ਸਕਦੇ। ਗੁਰੂ ਪਾਤਸ਼ਾਹ ਜੀ ਨੇ ਸੇਵਾ ਬਖਸ਼ੀ ਆਪ ਜੀ ਦੇ ਨਗਰ ਦੇ ਵਿੱਚ ਦਾਸ ਨੂੰ, ਮਹਾਂਪੁਰਸ਼ ਆਏ ਨੇ ਬਾਬਾ ਗੁਰਮੇਲ ਸਿੰਘ ਜੀ, ਇਹਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਸੇਵਾ ਬਖਸ਼ੀ ਪਹਿਲਾਂ, ਅਤੇ ਸਤਿਗੁਰੂ ਜੀ ਨੇ ਬਹੁਤ ਹੋਰ ਵਡਿਆਈਆਂ ਬਖਸ਼ੀਆਂ। ਜਿੱਦਣੀ ਕਿ ਗੁਰੂ ਮਹਾਰਾਜ ਜੀ ਨੇ ਦਾਸ ਨੂੰ ਮੱਤ ਦਿੱਤੀ ਸੀ, ਕਿਉਂਕਿ ਮੱਤ ਤਾਂ ਥੋੜ੍ਹੀ ਹੁੰਦੀ ਹੈ, ਦੇਣ ਵਾਲਾ ਗੁਰੂ ਪਰਮੇਸ਼ਰ ਹੈ। ਉਸ ਅਨੁਸਾਰ ਇਹਨਾਂ ਬੱਚਿਆਂ ਨੂੰ ਦਾਸ ਨੇ ਜੋ ਵੀ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ 'ਚ ਪਾਇਆ ਇਹਨਾਂ ਨੂੰ ਦਿੱਤਾ। ਸਤਿਗੁਰੂ ਜੀ ਨੇ ਮੇਰੇ ਤੋਂ ਵੀ ਵੱਧ ਇਹਨਾਂ 'ਤੇ ਬਖਸ਼ਿਸ਼ਾਂ ਕੀਤੀਆਂ ਨੇ। ਇਹ ਵੀ ਬੱਚਾ ਮੇਰਾ ਅੰਮ੍ਰਿਤਪਾਲ ਸਿੰਘ ਜੀ ਵੀ ਜੋ ਕਥਾ ਕਰ ਰਿਹਾ ਸੀ, ਇਸਨੇ ਵੀ ਦਾਸ ਤੋਂ ਜੋ ਵੀ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਉਸ ਲਿਆ, ਅਤੇ ਅਗਾਂਹ ਸਤਿਗੁਰੂ ਜੀ ਨੇ ਬਹੁਤ ਹੀ ਕਿਰਪਾ ਕੀਤੀ ਹੈ। ਜੋਬਨਜੀਤ ਸਿੰਘ ਜੀ ਵੀ ਦਾਸ ਨੇ ਮੱਤ ਦਿੱਤੀ ਅਨੁਸਾਰ ਜੋ ਲਿਆ ਉਹ ਸਤਿਗੁਰੂ ਜੀ ਨੇ ਬਹੁਤ ਹੀ ਕਿਰਪਾ ਕੀਤੀ। ਹਾਂਜੀ ਹਾਂਜੀ ਹਾਂਜੀ, ਅਤੇ ਮਿਹਰ ਕਰਨ ਸਤਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਹੀ ਬੁਲੰਦੀਆਂ ਤੱਕ ਪਹੁੰਚਾਉਂਦੇ ਰਹਿਣ ਸਤਿਗੁਰੂ ਜੀ। ਸੋ ਸਾਡੇ ਨਾਨਕਸਰ ਗੁਰਦੁਆਰਾ ਸਾਹਿਬ ਵੱਲੋਂ ਜੋ ਜਥਾ ਆਇਆ ਕੀਰਤਨ ਜਥਾ ਭਾਈ ਮਹਿਤਾਬ ਸਿੰਘ ਜੀ, ਇਹਨਾਂ ਵੱਲੋਂ ਜੋ ਕਿ ਭਾਈ ਜੋਬਨ ਜੀ ਦੀਪ ਸਿੰਘ ਜੀ ਨੂੰ ਅਤੇ ਉਹਨਾਂ ਦੇ ਮਾਤਾ ਜੀ ਨੂੰ ਸਿਰਪਾਓ, ਅਤੇ ਗੁਰਦੁਆਰਾ ਸਾਹਿਬ ਵੱਲੋਂ ਵੀ ਜਿਸ ਗੁਰਦੁਆਰਾ ਸਾਹਿਬ ਤੋਂ ਸਤਿਗੁਰੂ ਜੀ ਨੇ ਦਾਤਾਂ ਬਖਸ਼ੀਆਂ ਨੇ ਉਸ ਗੁਰੂ ਘਰ ਵੱਲੋਂ ਵੀ ਸਿਰਪਾਓ ਬਖਸ਼ਿਆ ਜਾਵੇਗਾ। ਸੋ ਬੇਨਤੀ ਹੈ ਜੋਬਨਜੀਤ ਸਿੰਘ ਜੀ ਅਤੇ ਉਹਨਾਂ ਦੇ ਮਾਤਾ ਜੀ ਗੁਰੂ ਦੀਆਂ ਖੁਸ਼ੀਆਂ ਲੈਣ ਜੀ। ਸ੍ਰੀ ਬਾਬਾ ਜੀ ਤੁਸੀਂ ਕਰੋ, ਬੋਲੇ ਹੁਣ ਨਿਹਾਲ ਸਤ। ਸੋ ਤੁਸੀਂ ਕਰੋ ਕਰੋ, ਬਾਬਾ ਗੁਰਮੇਲ ਸਿੰਘ ਜੀ ਨੂੰ ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਖੁਸ਼ੀਆਂ ਬਖਸ਼ਦੇ ਰਹਿਣ।